ਨਜ਼ਰੀਆਂ ਵੇ ਬਾਬਾ ਵਾਵਾ ਰਮਜ਼ਾ ਤੇਰੀ। ਸਰ ਜੀ ਹੁਣ ਅਸੀਂ ਚਾਲੇ ਪਾ ਚੁੱਕੇ ਹੈਗੇ ਆ ਗੁਰਦੁਆਰਾ ਸ਼੍ਰੀ ਬਾਦਸ਼ਾਹੀ ਬਾਗ ਤੋਂ ਅੱਗੇ ਜਾਣ ਲਈ ਦੂਜੇ ਸਥਾਨ ਦੇ ਉੱਤੇ, ਜਿਹੜਾ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਗਲਾ ਸਥਾਨ ਹੈਗਾ, ਜਿਹੜਾ ਕਿ ਇਸ ਸਥਾਨ ਨਾਲ ਜੁੜਿਆ ਹੋਇਆ ਸੀਗਾ, ਯਾਨੀ ਕਿ ਗੁਰਦੁਆਰਾ ਗੋਬਿੰਦਪੁਰਾ ਸਾਹਿਬ। ਗੋਬਿੰਦਪੁਰਾ ਸਾਹਿਬ ਗੁਰਦੁਆਰਾ ਜਿਹੜਾ ਹੈਗਾ ਉਹ ਬਾਦਸ਼ਾਹੀ ਬਾਗ ਤੋਂ ਤਕਰੀਬਨ 2.5 ਕਿਲੋਮੀਟਰ ਦੀ ਦੂਰੀ 'ਤੇ ਹੈ, ਜਿਹਨੂੰ ਕਾਰ ਦੁਆਰਾ ਪੁੱਜਣ 'ਤੇ ਤਕਰੀਬਨ 8 ਮਿੰਟ ਦਾ ਸਮਾਂ ਲੱਗੇਗਾ। ਉੱਥੇ ਪਹੁੰਚ ਕੇ ਆਪ ਜੀ ਨੂੰ ਉੱਥੇ ਦਾ ਵੀ ਇਤਿਹਾਸ ਦੱਸਾਂਗੇ ਅਤੇ ਕਰਾਵਾਂਗੇ ਉੱਥੇ ਦੇ ਵੀ ਦਰਸ਼ਨ। ਤਦ ਤੱਕ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਸਾਡੀ ਜਰਨੀ, ਸਪਿਰਚੁਅਲ ਜਰਨੀ ਆਫ ਦਾ ਡਰਬਨ ਟਰੈਵਲਰ ਯਾਤਰਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂਦਿਆਂ ਦੇ ਵਿੱਚ ਕਰਿਆ ਸੀ ਜੋਸ਼ ਐਸਾ ਭਰਿਆ ਸੀ, ਵਾਹਿਗੁਰੂ ਜੀ ਵਾਹਿਗੁਰੂ, ਕਰ ਕੋਈ ਨਾ ਸਕਦਾ ਓ ਜੋ ਤੁਸਾਂ ਨੇ ਕਰਿਆ ਸੀ ਜੀ। ਗੁਰੂ ਗ੍ਰੰਥ ਚੋਂ ਜੀ ਤੇਰੇ ਪੰਥ ਚੋਂ, ਗੁਰੂ ਗ੍ਰੰਥ ਚੋਂ ਜੀ ਤੇਰੇ ਪੰਥ ਚੋਂ, ਦਾਤਾ ਮਿਲਣ ਬਥੇਰੀਆਂ। ਵਾਵਾ ਰਮਜ਼ਾਂ, ਵਾਵਾ ਰਮਜ਼ਾਂ ਤੇਰੀਆਂ ਵੇ ਬਾਬਾ, ਵਾਵਾ ਰਮਜ਼ਾਂ ਤੇਰੀਆਂ, ਵਾਵਾ ਰਮਜ਼ਾਂ ਤੇਰੀਆਂ ਵੇ ਬਾਬਾ, ਵਾਵਾ ਰਮਜ਼ਾਂ ਤੇਰੀਆਂ। ਵਾਹਿਗੁਰੂ ਜੀ ਵਾਹਿਗੁਰੂ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ। ਬਾਬੇ ਮੌਤ ਮੂਰੇ ਅੜ ਗਏ ਸੀ, ਜ਼ੁਲਮਾਂ ਦੇ ਨਾਲ ਲੜ ਗਏ ਸੀ, ਵਾਹਿਗੁਰੂ ਜੀ ਵਾਹਿਗੁਰੂ। ਗੁਰਦੁਆਰਾ ਸ਼੍ਰੀ ਬਾਦਸ਼ਾਹੀ ਬਾਗ ਤੋਂ ਅਸੀਂ ਅੱਗੇ ਜਾਣ ਵਾਸਤੇ ਗੁਰਦੁਆਰਾ ਸ਼੍ਰੀ ਗੋਬਿੰਦਪੁਰਾ ਨਿਕਲੇ ਜ਼ਰੂਰ ਸੀਗੇ। ਗੂਗਲ ਵੀ ਦੱਸ ਰਿਹਾ ਸੀਗਾ ਕਿ 2.5 ਕਿਲੋਮੀਟਰ ਹੈ, ਲੇਕਿਨ ਰਸਤਾ ਉੱਥੇ ਖਰਾਬ ਸੀਗਾ, ਰਸਤਾ ਬਣ ਰਿਹਾ ਸੀਗਾ, ਜਿਸ ਕਰਕੇ ਸਾਨੂੰ ਭੀੜੀ ਗਲੀਆਂ ਦੇ ਵਿੱਚੋਂ ਚੱਕਰ ਮਾਰ ਕੇ, ਬੜਾ ਲੰਬਾ ਚੱਕਰ ਕੱਟ ਕੇ ਇੱਥੇ ਆਉਣ ਵਿੱਚ ਅੱਧੇ ਘੰਟੇ ਦੇ ਉੱਤੇ ਦਾ ਸਮਾਂ ਲੱਗ ਗਿਆ। ਹੁਣ ਅਸੀਂ ਆਪ ਜੀ ਨੂੰ ਲੈ ਕੇ ਆ ਪੁੱਜੇ ਹੈਗੇ ਹਾਂ ਉਸ ਥਾਂ ਦੇ ਉੱਤੇ ਜਿਹਨੂੰ ਗੁਰਦੁਆਰਾ ਸ਼੍ਰੀ ਗੋਬਿੰਦਪੁਰਾ ਸਾਹਿਬ ਜੀ ਦੇ ਨਾਂ ਤੋਂ ਜਾਣਿਆ ਜਾਂਦਾ ਹੈਗਾ। ਇਹ ਵੀ ਇੱਕ ਇਤਿਹਾਸਿਕ ਸਥਾਨ ਹੈ, ਗੁਰੂ ਸਾਹਿਬ ਨਾਲ ਇਹਦੇ ਦਾ ਵੀ ਇਤਿਹਾਸ ਜੁੜਿਆ ਹੋਇਆ ਹੈਗਾ। ਜਿਹੜੀ ਚਿੜੀਆਂ ਗੁਰੂ ਸਾਹਿਬ ਨੇ ਬਾਜ਼ ਨਾਲ ਲੜਾਈਆਂ ਸੀਗੀਆਂ ਉਹਦਾ ਸੰਬੰਧਿਤ ਇਤਿਹਾਸ ਇਸ ਗੁਰਦੁਆਰੇ ਨਾਲ ਹੈਗਾ। ਆਓ ਸਭ ਤੋਂ ਪਹਿਲੇ ਅੰਦਰ ਚੱਲਦੇ ਹਾਂ, ਅੰਦਰ ਜਾ ਕੇ ਮੱਥਾ ਟੇਕਣੇ ਆ, ਅਰਦਾਸ ਕਰਨੇ ਆ, ਉਪਰੰਤ ਆਪ ਜੀ ਨੂੰ ਇੱਥੇ ਦਾ ਇਤਿਹਾਸ ਦੱਸਣੇ ਹੈਗੇ ਆ। ਇਤਿਹਾਸ ਬਹੁਤ ਲੰਬਾ ਨਹੀਂ ਹੈਗਾ, ਪਰ ਜਿੰਨਾ ਵੀ ਹੈਗਾ ਆਪ ਜੀ ਨੂੰ ਸ਼ਰਵਣ ਕਰਾਵਾਂਗੇ ਅਤੇ ਕੋਸ਼ਿਸ਼ ਕਰਾਂਗੇ ਜੇ ਗਿਆਨੀ ਜੀ ਨੂੰ ਇੱਥੋਂ ਦਾ ਹੋਰ ਇਤਿਹਾਸ ਪਤਾ ਹੋਵੇ ਤਾਂ ਉਹਨਾਂ ਕੋਲ ਵੀ ਪੁੱਛ ਕੇ ਆਪ ਜੀ ਨੂੰ ਇੱਥੇ ਦਾ ਇਤਿਹਾਸ ਦੱਸਾਂਗੇ। ਆਓ ਤੁਸੀਂ ਵੀ ਸਾਡੇ ਨਾਲ ਚਲੋ ਅਤੇ ਅੰਦਰ ਦਰਬਾਰ ਹਾਲ ਜਾ ਕੇ ਆਪਣੀ ਹਾਜ਼ਰੀਆਂ ਪ੍ਰਵਾਨ ਕਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਹ ਸ਼ਿਵਾ ਬਰ ਮੋਹੇ, ਸ਼ੁਭ ਕਰ ਮਨ ਤੇ ਕਬੂ ਨਾ ਡਰੋ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋਂ ਉਜਰੋ, ਜਬ ਆਪ ਕੀ ਓਦ ਨਿਧਾਨ ਬਨੇ, ਅਤ ਹੀਰਣ ਮੈਂ ਤਬ ਜੂ ਮਰੋ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
आपे गुर चेला, आपे गुर चेला, आपे गुर चेला। वाह वाह गोविंद सिंह आपे गुर चेला, वाह वाह गोविंद आपे गुर चेला, वाह वाह गोविंद सिंह आपे गुर चेला, वाह वाह गोविंद सिंह आपे गुर चेला। रहनी रहे रहनी रहे सोई सिख मेरा, रहनी रहे रहनी रहे सोई सिख मेरा। ओ साहिब मैं उसका चेरा, ओ साहिब मैं उसका चेरा। रहनी रहे रहनी रहे सोई सिख मेरा, ओ साहिब मैं उसका चेरा, ओ साहिब मैं उसका चेरा, ओ साहिब राजन के राजा महाराजन के महाराजा, राजन के राजा महाराजन के महाराजा, ऐसो राज छोड़ियो और दूजा कौन त्याइए, ऐसो राज छोड़ियो और दूजा कौन त्याइए। राजन के राजा महाराजन के महाराजा, राजन के राजा महाराजन के महाराजा, ऐसो राज छोड़े और दूजा कौन त्याग। जी आओ हुण आप जी नाल असी सांझा करने हैगे हां गुरुद्वारा श्री गोविंदपुरा साहिब जी दा इतिहास। इतिहास दे नां दे उत्ते ऐ ओ स्थान है जिहड़ा कि पीर अमीर दीन दे बाज नाल गुरु साहब ने जिहड़ी चिड़ियां लड़ाईयां सीगियां ओ लड़दी लड़दियां बाज नूं कायल करदियां वीआं, बास बड़ी कायल अवस्था विच जिस स्थान दे उत्ते आ के डग्या वो ए स्थान सी जिन्हों गुरुद्वारा श्री गोविंदपुरा दे नाते जाणिया जांदा हैगा। इस स्थान दे उत्ते बास दे डिगण ते बाद बास दी मृत्यु हो गई, यानी कि वो मर गया, ते नाल ही उसदे नाल मर गया पीर अमीर दीन दा गरूर ते कमांड, जिहड़ा कि उसने गुरु साहब नाल यह कीता सीगा कि तुसी चिड़िया नाल मेरे बास दा की मुकाबला करोगे। गुरु साहब जाणी जाण सीगे, उन्होंने अपनी दो चिड़िया नाल उस बाज नू मार गिराया ते अमीर दीन दा गरूर ते कमंड तोड़िया। इस स्थान दे उत्ते निशानियां दे नां दे उत्ते पिछे गुरद्वारा साहब दे एक बावली साहब भी है जिदे आप जी ने दर्शन कीते। इस स्थान दे बारे विच मैं एक गल होर भी आप जी नाल सांझी करना चाहना हैगा कि मेरे पिछे बोर्ड दे उत्ते एक चीज़ लिखी हुई है कि इत्थे धन धन श्री गुरु गोबिंद सिंह जी महाराज ने बाल अवस्था विच जिस वक्त उन्होंने चिड़िया नाल बाज लड़ाया सीगा ते इत्थे आ के बाणी उचारी ते वो बाणी सीगी चिड़िया ते मैं बाज तुड़ाऊँ तब है गोबिंद सिंह नाम कहाऊँ। कुछ इतिहासकारां दा कहना हैगा कि यह बाणी इस स्थान दे उत्ते उस वक्त नहीं उचारी गई क्योंकि उस वक्त गोबिंद राय सीगे, गोबिंद सिंह नहीं सीगे। सिंह सजे सन 1699 विच जिस वक्त खालसा की स्थापना हुई यह बाणी उचरी सीगी चमकौर साहब की गढ़ी दे विच जिहड़ा जंग हुई सी उसके उपरांत जिस वक्त साहिबजादे शहीद होए उस वक्त गुरु गोबिंद सिंह जी ने यह बाणी उचारी सी कि चिड़िया ते मैं बास बनाऊँ, गिदड़ा नूं मैं शेर बनाऊँ,
सवा लाख से एक लड़ाऊं तब है गुरु गोबिंद सिंह नाम कहाऊं। सो इतिहास के अंदर कुछ करेक्शंस की भी लोड हैगी क्योंकि अलग अलग इतिहासकार का अलग अलग मत है। तो लॉजिकली भी यह गल नहीं बनती कि गुरु साहब ने यह बाणी उस वक्त उचारी होए जिस वक्त वो आप गोबिंद सिंह नहीं सीगे गोबिंद राय सीगे। सो यह सीगा इस स्थान का छोटा जिहा इतिहास जिहड़ा असीं आप जी नाल सांझा कीता। इतिहास नूं सांझा करदे वक्त जे दास कोलों कोई उच्ची नीवीं गल हो गई होवे कोई भुल चुक हो गई होवे ते उहदे वास्ते असीं क्षमा दे याचक हैगे आ। वाहिगुरु जी का खालसा वाहिगुरु जी की फतेह। कोई आन मिलावे मेरा प्रीतम प्यारा, कोई आन मिलावे मेरा प्रीतम प्यारा, हों तिस पैर आप बिचाए, हों तिस पैर आप विचाए, हों तिस पैर आप विचाए, मेरा प्रीतम प्यारा। कोई आन मिलावे मेरा प्रीतम प्यारा, कोई आन मिलावे मेरा प्री। संगत जी आज दे एपिसोड विच आप जी ने दर्शन किए दो दो इतिहासिक गुरुद्वारा साहब जिहड़े कि धन धन श्री गुरु गोबिंद सिंह जी नाल संबंधित सीगे। पहला सीगा गुरुद्वारा श्री बादशाही बाग साहिब ते दूसरा गुरुद्वारा श्री गोविंदपुरा साहिब। ते जाणिया पीर अमीर दीन दे काले बाज नाल धन धन श्री गुरु गोबिंद सिंह जी दे चिड़िया नूं लड़ाण दा इतिहास ते नाल ही उहदे गरूर नूं तोड़न दा इतिहास। कल आप जी नूं ऐसा ही किसी होर एक स्थान पर लैके चलेंगे जिहड़ा कि इतिहासिक स्थान होएगा जिहदे नाल गुरु साहब जी की कोई साखी कोई इतिहास जुड़िया होएगा तो करावांगे उत्थे दे दर्शन। तद तक तुसी साडे नाल जुड़े रहो तो देखते रहो साडी यह यात्रा जिहनूं स्पिरिचुअल जर्नी ऑफ द टर्बन ट्रैवलर यात्रा धन धन श्री गुरु गोबिंद सिंह जी महाराज के नाते जाणिया जांदा है जिहड़ा तुसी साडे यूट्यूब चैनल द टर्बन ट्रैवलर दे नाल ही रोज़ाना PTC सिमरन ते देखदे हैगे हो। कल आप जी नाल एक बार फिर मुलाकात होएगी, तद तक दे लई आग्या दिओ। वाहिगुरु जी का खालसा वाहिगुरु जी की फतेह। तेरिया वावा रमजा तेरिया वे बाबा वावा रमजा तेरिया। वाहिगुरु जी वाहिगुरु जी वाहिगुरु जी वाहिगुरु जी। बाबे मौत मूरे अड़ गए सी जुल्मा दे नाल लड़ गए सी। वाहे गुरु जी वाहे गुरु छू के थोड़े पैरानू सरसा दे पानी खड़ गए सी जी। तेरे प्यार ने दरबार ने तेरे प्यार ने दरबार ने छोड़िया पर दिया मेरिया।